ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਮੈਂ ਇੱਕ ਨੌਜਵਾਨ ਕੁੜੀ ਜਸ਼ਨਪ੍ਰੀਤ ਕੌਰ ਨੂੰ ਤੁਹਾਨੂੰ ਮਿਲਾਵਾਂਗਾ। ਉਹਦੇ ਮਿਲਣ ਦਾ ਖਾਸ ਕਾਰਨ ਹੈ ਕਿ ਕੁਦਰਤ ਨੇ ਜਿੱਥੇ ਉਹਨੂੰ ਚਾਨਣ ਦੇਖਣ ਲਈ ਅੱਖਾਂ ਨਹੀਂ ਦਿੱਤੀਆਂ, ਪਰ ਉਹਦੇ ਅੰਦਰ ਇੱਕ ਚਾਨਣ ਹੈ। ਲਾਅ ਦੀ ਸਟੂਡੈਂਟ ਹੈ, ਜੱਜ ਬਣਨ ਦਾ ਸੁਪਨਾ ਅੰਦਰ ਪਾਲ ਰੱਖਿਆ। ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਇੰਨਾ ਚਾਨਣ ਅੰਦਰ ਪਾਲ ਕੇ ਰੱਖਣਾ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਥੱਕ ਹਾਰ ਜਾਂਦੇ ਹਾਂ, ਪਰ ਇਸ ਨੌਜਵਾਨ ਕੁੜੀ ਨੇ ਇਹ ਰਾਹ ਕਿਵੇਂ ਅਪਣਾਇਆ, ਆਪਦੀ ਜਿਹੜੀ ਪੜ੍ਹਾਈ ਹੈ ਉਹਨੂੰ ਕਿਵੇਂ ਕਰ ਰਹੀ ਹੈ, ਅਤੇ ਐਡੀ ਵੱਡੀ ਜਿਹੜੀ ਚੁਣੌਤੀ ਹੈ ਉਹਨੂੰ ਕਿਵੇਂ ਨਾਲ ਨਾਲ ਫੇਸ ਕਰ ਰਹੇ ਨੇ, ਅਤੇ ਹੌਂਸਲਾ ਕੌਣ ਹੈ, ਸਾਰੀਆਂ ਚੀਜ਼ਾਂ ਜਾਣਦੇ ਹਾਂ। ਸਭ ਗੱਲ ਕਰੇ ਸੋਜਦਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ? ਬਹੁਤ ਵਧੀਆ ਸਰ। ਅੱਛਾ ਚਲੋ, ਕੁਦਰਤ ਨੇ ਤਾਂ ਜੋ ਦੇਣਾ ਸੀ ਉਹਨੂੰ ਤੁਸੀਂ ਪ੍ਰਵਾਨ ਕਰ ਲਿਆ, ਆਪਣੇ ਆਪ ਨੂੰ ਇਹ 'ਚ ਬਣਾ ਕੇ ਰੱਖਣ ਲਈ ਕੀ ਕਰਦੇ ਹੋ ਜ਼ਿੰਦਗੀ ਦੇ ਵਿੱਚ? ਬਸ ਸਰ, ਪੋਜ਼ਿਟਿਵਿਟੀ ਨਾਲ ਚੱਲੀਦਾ। ਦੇਖੋ, ਚੈਲੰਜਸ ਹਰ ਇੱਕ ਇੰਡੀਵਿਜੂਅਲ ਦੀ ਲਾਈਫ ਦੇ ਵਿੱਚ ਆਉਂਦੇ ਆ, ਅਤੇ ਮੈਂ ਸਮਝਦੀ ਹਾਂ ਕਿ ਮੇਰੀ ਲਾਈਫ ਦਾ ਇਹ ਚੈਲੰਜ ਹੈ ਕਿ ਮੈਂ ਵਿਦਾਊਟ ਵਿਜ਼ਨ ਆਪਣੀ ਲਾਈਫ ਨੂੰ ਸਰਵਾਈਵ ਕਰਨਾ, ਦੈਟਸ ਇਟ। ਇਸ ਤੋਂ ਇਲਾਵਾ ਕੋਈ ਐਸ ਸੱਚ ਟਫ ਨਹੀਂ ਗਾ, ਬਟ ਇਹ ਚੀਜ਼ ਹੈ ਕਿ ਅਗਰ ਆਪਾਂ ਪੋਜ਼ਿਟਿਵਿਟੀ ਨਾਲ ਚੱਲਦੇ ਹਾਂ ਤਾਂ ਆਈ ਥਿੰਕ ਸੋ ਕੁਛ ਵੀ ਇਹੋ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਯੂ ਨੋ ਕਿ ਪਿੱਛੇ ਹਟਾ ਸਕੇ ਕਿ ਤੁਸੀਂ ਸਰਵਾਈਵ ਨਹੀਂ ਕਰਨਾ। ਲਾਅ ਨੂੰ ਕਿਉਂ ਚੁਣਿਆ? ਸਰ, ਮੇਰਾ ਬਚਪਨ ਤੋਂ ਹੀ ਸੁਪਨਾ ਸੀਗਾ ਕਿ ਮੈਂ ਲਾਅ ਕਰਨੀ ਆ, ਅਤੇ ਬਿਕੋਜ਼ ਮੈਨੂੰ ਬਹੁਤ ਇੰਟਰਸਟ ਸੀਗਾ ਕਿ ਮੈਂ ਕੁਛ ਡਿਫਰੈਂਟ ਕਰਾਂ, ਆਪਣੇ ਦੇਸ਼ ਦਾ ਕਾਨੂੰਨ ਪੜ੍ਹਾਂ, ਅਤੇ ਉਸ ਤੋਂ ਜ਼ਿਆਦਾ ਸਪੈਸੀਫਿਕ ਕਿ ਹਰ ਇੱਕ ਦਾ ਇੱਕ ਹੁੰਦਾ ਕਿ ਆਪਦੇ ਫੀਲਡ ਦੇ ਵਿੱਚ ਬੈਸਟ ਕਰ ਸਕੇ, ਅਤੇ ਮੈਨੂੰ ਵੀ ਇਹ ਕਿ ਅਗਰ ਮੈਂ ਲਾਅ ਚੂਜ਼ ਕਰਾਂ ਇਨ ਫਿਊਚਰ, ਮੈਨੂੰ ਸੀਗਾ ਬਚਪਨ 'ਚ ਕਿ ਮੈਂ ਬਹੁਤ ਕੁਛ ਅੱਛਾ ਕਰ ਸਕਾਂ ਸੋਸਾਇਟੀ ਵਾਸਤੇ, ਯੂ ਨੋ, ਜੈਸੇ ਜਸਟਿਸ ਸਰਵ ਕਰ ਸਕਾਂ, ਜਾਂ ਫਿਰ ਅਗਰ ਮੈਂ ਐਡਵੋਕੇਸੀ ਕਰਦੀ ਹਾਂ ਤਾਂ ਮੈਂ ਕਿਸੇ ਨੂੰ ਜਸਟਿਸ ਪ੍ਰੋਵਾਈਡ ਕਰਵਾ ਸਕਾਂ ਆਪਣੇ ਹੁਨਰ ਦੇ ਨਾਲ, ਅਤੇ ਇਹ ਮੇਰਾ ਰੀਜ਼ਨ ਰਿਹਾ ਸਰ। ਪੰਜਾਬ 'ਚ ਕੁਛ ਥਾਵਾਂ ਹੈਗੀਆਂ ਜਿੱਥੇ ਤੁਹਾਡੇ ਵਾਲੀ ਜਿਹੜੀ ਚੁਣੌਤੀ ਦੇ ਬਾਵਜੂਦ ਵੀ ਐਜੂਕੇਸ਼ਨ ਜਿਹੜੀ ਹੈ ਚੰਗੀ ਪ੍ਰਾਪਤ ਕੀਤੀ ਜਾ ਸਕਦੀ, ਇਹ ਐਜੂਕੇਸ਼ਨ ਪ੍ਰਾਪਤ ਕਰਨ ਲਈ ਜਿਹੜਾ ਬੂਸਟ ਹੈ, ਹੌਂਸਲਾ ਹੈ, ਉਹ ਕਿੱਥੋਂ ਮਿਲਦਾ? ਸਰ, ਅਸੀਂ ਅਕਸਰ ਦੇਖਦੇ ਹਾਂ ਕਿ ਜਿੱਦਾਂ ਸਾਡੀ ਸੁਸਾਇਟੀ ਆ ਉੱਥੇ ਬਹੁਤ ਸਾਰੀਆਂ ਨੋਰਮਸ ਬਣੀਆਂ ਹੋਈਆਂ ਨੇ ਕਿ ਜੇ ਤੁਸੀਂ ਅਗਰ ਤੁਹਾਨੂੰ ਕੋਈ ਕਿਸੇ ਵੀ ਟਾਈਪ ਦੀ ਡਿਸੇਬਿਲਿਟੀ ਹੈ ਤਾਂ ਉਹਨੂੰ ਅਸੀਂ ਇੱਕ ਲੈਫਟ ਆਊਟ ਫੀਲ ਕਰਵਾਉਂਦੇ ਹਾਂ ਆਪਣੀ ਸੁਸਾਇਟੀ ਤੋਂ, ਰਾਈਟ? ਕਿ ਅਸੀਂ ਸੋਚਦੇ ਹਾਂ ਕਿ ਇਹ ਕੁਛ ਨਹੀਂ ਕਰ ਸਕਦੇ, ਬਟ ਇੱਦਾਂ ਹੈ ਕਿ ਅਗਰ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਪਰਸਨਸ ਨੂੰ ਇੱਕ ਇਕੁਅਲ ਓਪਰਚੁਨਿਟੀ, ਆਪਾਂ ਕਹਿੰਦੇ ਹਾਂ ਇਕੁਅਲ ਓਪਰਚੁਨਿਟੀ ਮਿਲੇ, ਤਾਂ ਬਹੁਤ ਕੁਛ ਲਾਈਫ 'ਚ ਅੱਗੇ ਕਰ ਸਕਦੇ ਨੇ। ਅਤੇ ਇਹ ਓਪਰਚੁਨਿਟੀ ਜਾਂ ਚਾਂਸਿਸ ਸਾਨੂੰ ਪ੍ਰੋਵਾਈਡ ਕੌਣ ਕਰਦਾ? ਸਾਡੇ ਪੇਰੈਂਟਸ, ਸਭ ਤੋਂ ਪਹਿਲਾਂ ਪੇਰੈਂਟਸ, ਉਸ ਤੋਂ ਬਾਅਦ ਸਾਡੇ ਫਰੈਂਡ ਪੀਅਰ ਗਰੁੱਪਸ, ਆਫਟਰ ਦੈਟ ਸੋਸਾਇਟੀ। ਹੁਣ ਕਈ ਵਾਰ ਐਵੇਂ ਹੁੰਦਾ ਵੀ ਪੇਰੈਂਟਸ ਤੁਹਾਨੂੰ ਸਕੂਲ ਦੇ ਵਿੱਚ ਪਾ ਦਿੰਦੇ ਨੇ ਅਤੇ ਤੁਹਾਡੇ ਟੀਚਰਸ ਜਾਂ ਤੁਹਾਡੇ ਪੀਅਰ ਗਰੁੱਪ ਹੀ ਕੋਆਪਰੇਟਿਵ ਨਹੀਂ ਹੁੰਦੇ। ਇਹ ਸਰ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ ਕਿ ਉਸ ਬੰਦੇ ਨੂੰ ਕਿਸ ਤਰ੍ਹਾਂ ਦਾ ਇਨਵਾਇਰਮੈਂਟ ਪ੍ਰੋਵਾਈਡ ਕੀਤਾ ਜਾ ਰਿਹਾ, ਕਿਸ ਤਰ੍ਹਾਂ ਦਾ ਇਨਵਾਇਰਮੈਂਟ ਉਹਨੂੰ ਮਿਲ ਰਿਹਾ ਹੈ ਜੀ। ਅਤੇ ਮਤਲਬ ਇਹ ਮੇਨ ਸਰਕਮਸਟਾਂਸਿਸ ਤੇ ਬੇਸਡ ਹੈ ਇਹ ਗੱਲ ਜੀ। ਜੀ ਸਰ, ਜੇ ਚੰਗਾ ਮਾਹੌਲ ਮਿਲਦਾ ਹੈ ਤਾਂ ਉਹ ਵੀ ਬੰਦਾ ਬਰਾਬਰ ਅੱਗੇ ਵੱਧ ਸਕਦਾ, ਵੱਧ ਸਕਦਾ ਸਰ। ਅੱਛਾ, ਐਜੂਕੇਸ਼ਨ ਦੇ ਵਿੱਚ ਸਾਡੇ ਜਿਵੇਂ ਤੁਸੀਂ ਲਾਅ ਚੁਣਿਆ, ਜਿਵੇਂ ਤੁਸੀਂ ਹੁਣ ਨਾਲ ਨਾਲ ਤਿਆਰੀ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ, PCS ਜੁਡੀਸ਼ਰੀ ਦੇ ਐਗਜ਼ਾਮ 'ਚ ਬੈਠਣ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ, ਇਹ ਇੰਟਰਸਟ ਕਿੱਥੋਂ ਬਣਿਆ ਕਿ ਜੱਜ ਬਣਨਾ? ਸਰ, ਜਿਵੇਂ ਮੈਂ ਦੱਸਿਆ ਕਿ ਬਚਪਨ ਤੋਂ ਮੇਰਾ ਸੁਪਨਾ ਸੀ ਲਾਅ ਕਰਨੀ ਆ, ਅਤੇ
ਅਕਸਰ ਮੈਨੂੰ ਪੁੱਛਦੇ ਹੁੰਦੇ ਸੀ ਕਿ ਤੂੰ ਲਾਅ ਕਰਕੇ ਵਕੀਲ ਬਣਨਾ ਹੈ, ਵੀ ਜਿਵੇਂ ਆਪਣਾ ਨੋਰਮਲ ਹੁੰਦਾ ਹੀ ਹੈ ਕਿ ਨੋਮ ਕਿ ਤੁਸੀਂ ਵਕਾਲਤ ਕਰਨੀ ਆ। ਮੈਂ ਕਿਹਾ ਨਹੀਂ, ਮੈਂ ਲਾਅ ਤਾਂ ਕਰਨੀ ਆ ਪਰ ਮੈਂ ਵਕਾਲਤ ਨਹੀਂ ਕਰਨੀ। ਅਤੇ ਉਹ ਹੁਣ ਚਲੋ ਡਿਪੈਂਡ ਕਰਦਾ ਹੈ ਕਿ ਮੇਰਾ ਫਿਊਚਰ ਕੀ ਬਣਦਾ ਹੈ, ਬਟ ਹਜੇ ਮੇਰੇ ਸੁਪਨੇ ਦੀ ਗੱਲ ਚੱਲ ਰਹੀ ਆ ਕਿ ਮੈਂ ਇਹ ਕਹਿੰਦੀ ਹਾਂ ਵੀ ਮੈਂ ਲਾਅ ਕਰਨੀ ਆ ਬਟ ਮੈਂ ਵਕਾਲਤ ਨਹੀਂ ਕਰਨੀ, ਮੈਂ ਜੱਜ ਹੀ ਬਣਨਾ ਹੈ। ਇਹ ਸਰ ਇੱਥੋਂ ਹੋਇਆ ਕਿ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਓਪਰਚੁਨਿਟੀਜ਼ ਨਹੀਂ ਮਿਲਦੀਆਂ ਬੱਚਿਆਂ ਨੂੰ, ਮੈਨੂੰ ਇਹ ਕਿ ਜੇ ਮੈਨੂੰ ਪਰਮਾਤਮਾ ਵੱਲੋਂ ਜਾਂ ਮੇਰੀ ਫੈਮਿਲੀ ਵੱਲੋਂ ਮੇਰੇ ਫਰੈਂਡਸ ਵੱਲੋਂ ਮੈਨੂੰ ਇਹ ਓਪਰਚੁਨਿਟੀ ਪ੍ਰੋਵਾਈਡ ਕੀਤੀ ਗਈ ਆ, ਮੈਨੂੰ ਇਸ ਕਾਬਿਲ ਸਮਝਿਆ ਗਿਆ ਕਿ ਮੈਂ ਕੁਛ ਕਰਾਂ ਅਤੇ ਮੈਂ ਫਿਰ ਬਹੁਤ ਕੁਛ ਅੱਛਾ ਕਰਕੇ ਦਿਖਾ ਸਕਾਂ, ਅਤੇ ਫਿਰ ਇੱਥੋਂ ਮੇਰਾ ਜਜ਼ਬਾ ਬਣਿਆ ਕਿ ਮੈਂ ਬਹੁਤ ਨੈਕਸਟ ਲੈਵਲ। ਅਗਰ ਕਹਿੰਦੇ ਹੁੰਦੇ ਆ ਕਿ ਅਸੀਂ ਉੱਚਾ ਸੋਚਾਂਗੇ ਤਾਂ ਸਾਨੂੰ ਮਤਲਬ ਬੈਸਟ ਹੀ ਆਪਾਂ ਅਚੀਵ ਕਰ ਸਕਦੇ ਹਾਂ, ਹੈ ਨਾ, ਅਤੇ ਉੱਥੋਂ ਪੋਜ਼ਿਟਿਵਿਟੀ ਆਉਂਦੀ ਹੈ। ਅਗਰ ਤੁਹਾਡੇ ਮਨ 'ਚ ਇੱਕ ਡਰੀਮ ਹੈ ਨਾ ਅਤੇ ਤੁਹਾਨੂੰ ਕੁਛ ਕਰਨ ਲਈ ਉਹ ਇਨਕਰੇਜ ਕਰਦਾ, ਦੈਟਸ ਦ ਪੁਆਇੰਟ ਸਰ। ਜੀ ਜੀ ਸਰ, ਇਹ ਜਿਹੜੀ ਸਮੱਸਿਆ ਹੈ ਤੁਹਾਨੂੰ ਬਹੁਤ ਵੱਡੀ ਚੁਣੌਤੀ ਹੈ ਕਿ ਨਾ ਦੇਖ ਪਾਉਣਾ, ਇਸ ਚੁਣੌਤੀ ਨਾਲ ਕੁਦਰਤ ਨੇ ਲੜਨ ਲਈ ਤੁਹਾਨੂੰ ਕੋਈ ਹੋਰ ਅੰਦਰ ਕੋਈ ਤੀਜੀ ਅੱਖ ਹੈ ਜਾਂ ਜੱਜਮੈਂਟ ਹੈ ਜਾਂ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਅੰਦਰੋਂ ਸਪੋਰਟ ਕਰਦੀ ਹੈ? ਸਰ ਮਤਲਬ ਸੇਮ ਹੀ ਆ ਸਾਰਾ ਕੁਛ, ਬਸ ਇੱਕ ਆਈਸਾਈਟ ਨਹੀਂ ਹੈਗੀ। ਕਹਿੰਦੇ ਆ ਵੀ ਜਦੋਂ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਆ ਅਤੇ 10 ਖੋਲ ਦਿੰਦਾ ਹੈ, ਇਹ ਆਪਾਂ ਆਮ ਹੀ ਗੱਲ ਸੁਣਦੇ ਹਾਂ। ਅਤੇ ਬਸ ਸਰ ਜਿਵੇਂ ਹੁਣ ਮੇਰੀ ਵਿਜ਼ਨ ਨਹੀਂ ਹੈਗੀ ਤਾਂ ਮੇਰੀਆਂ ਹੋਰ ਸੈਂਸਿਸ ਥੋੜ੍ਹੀਆਂ ਜ਼ਿਆਦਾ ਸਟਰੋਂਗ ਨੇ ਹੋਰ ਪਰਸਨਸ ਨਾਲੋਂ, ਜਿਵੇਂ ਸੁਣਨ ਦੀ ਜਾਂ ਫਿਰ ਓਬਜ਼ਰਵ ਕਰਨ ਦੀ, ਹੈ ਨਾ, ਅਤੇ ਜਾਂ ਫਿਰ ਯਾਦ ਰੱਖਣ ਦੀ, ਕੁਛ ਥੋੜ੍ਹਾ ਐਕਸਟਰਾ ਹੈਗਾ ਕਿਉਂਕਿ ਮੈਨੂੰ ਉੱਧਰੋਂ ਨਹੀਂ ਮਿਲਿਆ ਤਾਂ ਦੂਜੇ ਪਾਸਿਓਂ ਥੋੜ੍ਹਾ ਐਕਸਟਰਾ ਮਿਲ ਗਿਆ। ਅਤੇ ਬਾਕੀ ਸਰ ਇਹ ਹੁੰਦਾ ਕਿ ਜਿੱਦਾਂ ਹੁਣ ਸਾਰਾ ਆਪਣਾ ਜੋ ਵੀ ਕਰਦੇ ਹਾਂ ਆਪਾਂ ਕੰਮ ਡੇ ਟੂ ਡੇ ਲਾਈਫ ਦੇ ਵਿੱਚ ਸਾਰੇ ਕੰਮ ਕਰਦੇ ਹਾਂ, ਉਹ ਹੌਲੀ ਹੌਲੀ ਹੈਬਿਟ ਪੈ ਜਾਂਦੀ ਆ ਵੀ ਤੁਸੀਂ ਕਿਵੇਂ ਕਿਵੇਂ ਆਪਦੇ ਕੰਮ ਕਰਨੇ ਨੇ ਜਾਂ ਹੈ। ਕਿਉਂਕਿ ਜਦੋਂ ਸਾਨੂੰ ਮੁਸੀਬਤ ਆਉਂਦੀ ਹੈ ਤਾਂ ਆਪਾਂ ਉਸਦੇ ਰਾਹ ਲੱਭਣੇ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਦੇ ਅਕੋਰਡਿੰਗ ਆਪਾਂ ਢਲ ਜਾਂਦੇ ਹਾਂ। ਬਸ ਇਹੀ ਚੀਜ਼ਾਂ ਨੇ ਸਰ, ਬਾਕੀ ਤਾਂ ਨਥਿੰਗ ਸਪੈਸ਼ਲ। ਜੀ ਹਾਂਜੀ, ਐਜੂਕੇਸ਼ਨ ਨੇ, ਜਿਹੜੀ ਐਜੂਕੇਸ਼ਨ ਲੈ ਰਹੇ ਹੋ ਤੁਸੀਂ, ਪੜ੍ਹਾਈ ਕਰ ਰਹੇ ਹੋ, ਇਹਨੇ ਜ਼ਿੰਦਗੀ 'ਚ ਕੀ ਤਬਦੀਲੀ ਲਿਆਉਂਦੀ ਹੈ? ਬੇਸ਼ੱਕ ਕੁਦਰਤ ਨੇ ਜਿਹੜੀ ਚੁਣੌਤੀ ਦਿੱਤੀ ਸੀ ਉਹਦੇ ਬਾਵਜੂਦ, ਜਿਹੜੀ ਐਜੂਕੇਸ਼ਨ ਹੈ ਉਹਦਾ ਤੁਹਾਡੀ ਜ਼ਿੰਦਗੀ 'ਚ ਕੀ ਰੋਲ? ਸਰ ਐਜੂਕੇਸ਼ਨ ਬਹੁਤ ਇੰਪੋਰਟੈਂਟ ਵੈਪਨ ਆ, ਬਹੁਤ ਇੰਪੋਰਟੈਂਟ ਹੈ ਸਾਰਿਆਂ ਲਈ, ਅਤੇ ਸੇਮ ਮੇਰੇ ਲਈ ਵੀ ਕਿ ਦੇਖੋ ਜੇ ਮਤਲਬ ਮੈਂ ਅੱਜ ਕਿਤੇ ਮਤਲਬ ਮੈਨੂੰ ਨਾ ਪੜ੍ਹਨ ਦਾ ਮੌਕਾ ਮਿਲਿਆ ਹੁੰਦਾ ਅਤੇ ਮੈਂ ਕਿਤੇ ਆਪਦੇ ਘਰ 'ਚ ਜਾਂ ਛੋਟਾ ਮੋਟਾ ਕੰਮ ਕਰ ਰਹੀ ਹੋਣਾ ਸੀ ਜਾਂ ਕੁਛ, ਕਿਉਂਕਿ ਸਰ ਹੁਣ ਮੈਂ ਵੱਡੇ ਇੰਸਟੀਟਿਊਟ 'ਚ ਲਾਅ ਕਰ ਰਹੀ ਹਾਂ ਅਤੇ ਇਹ ਤਾਂ ਹੀ ਪੋਸੀਬਲ ਹੋ ਪਾਇਆ ਬਿਕੋਜ਼ ਮੈਂ ਆਪਣੀ ਜਿਹੜੀ ਮੇਰੀ ਐਜੂਕੇਸ਼ਨ ਆ ਜਿਵੇਂ ਸੈਕੰਡਰੀ ਹੈ, ਸੀਨੀਅਰ ਸੈਕੰਡਰੀ ਐਜੂਕੇਸ਼ਨ ਕੰਪਲੀਟ ਕੀਤੀ ਹੈ, ਦੈਨ ਮੈਂ ਲਾਅ 'ਚ ਆਈ ਹਾਂ। ਅਤੇ ਐਜੂਕੇਸ਼ਨ ਸਰ ਉਹੀ ਹੈ ਕਿ ਤੁਹਾਨੂੰ ਅੱਗੇ ਦੇ ਰਾਹ ਦਿਖਾਉਂਦੀ ਆ, ਬਿਨਾਂ ਐਜੂਕੇਸ਼ਨ ਤੋਂ ਕੁਛ ਨਹੀਂ ਹੈਗਾ। ਅਤੇ ਜਿਵੇਂ ਕਿ ਥੋੜ੍ਹੇ ਡਿਫਰੈਂਟਲੀ ਏਬਲਡ ਪਰਸਨ ਨੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਐਜੂਕੇਸ਼ਨ, ਬਿਕੋਜ਼ ਸਾਡੇ ਕੋਲ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਓਪਰਚੁਨਿਟੀਜ਼ ਬਹੁਤ ਘੱਟ ਹੁੰਦੀਆਂ ਨੇ, ਅਤੇ ਜੇ ਅਸੀਂ ਐਜੂਕੇਸ਼ਨ 'ਚ ਵਧੀਆ ਕੁਛ ਕਰ ਸਕਦੇ ਹਾਂ ਤਾਂ ਉਹਦੇ ਨਾਲ ਨਾਲ ਸਾਨੂੰ ਓਪਰਚੁਨਿਟੀਜ਼ ਮਿਲਦੀਆਂ ਨੇ। ਕਿਤੇ ਕਿਤੇ ਨੈਗੇਟਿਵਿਟੀ ਵੀ ਹੁੰਦੀ ਹੈ ਮਨ 'ਚ ਵੀ ਸ਼ਾਇਦ ਮੈਂ ਦੇਖ ਸਕਦੀ ਤਾਂ ਐਂ ਹੋਣਾ ਸੀ, ਐਂ ਹੋਣਾ ਸੀ, ਕਿਤੇ ਨਾ ਕਿਤੇ ਅੰਦਰ ਇਹ ਚੀਜ਼ਾਂ ਵੀ ਕਾਬਜ਼ ਹੁੰਦੀਆਂ, ਇਹਨਾਂ ਚੀਜ਼ਾਂ ਨੂੰ ਕਿਵੇਂ ਪਾਰ ਕਰਦੇ? ਸਰ ਇੱਦਾਂ ਕਦੀ ਆਉਂਦਾ ਹੀ ਨਹੀਂ ਦਿਮਾਗ 'ਚ, ਕਿਉਂਕਿ ਸਰ ਮੈਂ ਜਿਵੇਂ ਪਹਿਲਾਂ ਦੱਸਿਆ ਨਾ ਕਿ ਕੁਛ ਐਕਸਟਰਾ ਪਾਵਰਸ ਹੈ ਅਤੇ ਉਹਦੇ ਨਾਲ ਅਸੀਂ ਉਸ ਚੀਜ਼ ਨੂੰ ਓਵਰਕਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ ਹੈ ਕਿ ਡਿਫੀਕਲਟੀਜ਼ ਤਾਂ ਚਲੋ ਸਾਰਿਆਂ ਦੀ ਲਾਈਫ 'ਚ ਹੁੰਦੀਆਂ ਨੇ, ਬਟ ਉਹੀ ਹੈ ਕਿ ਉਸ ਚੀਜ਼ ਨੂੰ ਆਪਾਂ ਓਵਰਕਮ ਕਿਵੇਂ ਕਰਦੇ ਹਾਂ। ਅਤੇ ਬਸ ਸਰ ਫੈਮਿਲੀ ਹੈ, ਫਰੈਂਡਸ ਹੈ, ਟੀਚਰਸ ਨੇ, ਜੇ ਇਹਨਾਂ ਦਾ ਸਾਥ ਹੈ ਤਾਂ ਬਹੁਤ ਵਧੀਆ ਨਿਕਲੀ ਜਾਂਦਾ ਸਾਰਾ ਕੁਛ, ਐਵੇਂ ਕਦੀ ਦਿਮਾਗ 'ਚ ਨਹੀਂ ਹੁੰਦਾ। ਅੱਛਾ, ਹੁਣ ਇਹ ਜਿਹੜਾ ਸੁਪਨਾ ਤੁਸੀਂ ਗਿਆ ਪੀ ਸੀ ਐੱਸ ਦੇ ਐਗਜ਼ਾਮ 'ਚ ਬੈਠਣ ਦਾ,
ਇਹਦੀ ਕਿਸ ਤਰ੍ਹਾਂ ਨਾਲ ਤਿਆਰੀ ਕਰ ਰਹੇ ਹੋ ਆਪਦੀ ਡਿਗਰੀ ਦੇ ਨਾਲ ਨਾਲ? ਕੋਈ ਮੰਚ ਬਣਾਇਆ, ਕੋਈ ਅਖਬਾਰ ਪੜ੍ਹਦੇ ਹੋ ਜਾਂ ਕੁਛ ਇਸ ਤਰ੍ਹਾਂ ਦਾ ਰੂਟੀਨ ਨਾਲ ਜੋੜਿਆ? ਹਾਂਜੀ ਸਰ, ਥੋੜ੍ਹਾ ਥੋੜ੍ਹਾ ਸ਼ੁਰੂ ਕੀਤਾ ਹੈ ਜੀ, ਵੀ ਜਿਵੇਂ ਡੇਲੀ ਰੂਟੀਨ ਦੇ ਵਿੱਚ ਥੋੜ੍ਹਾ ਥੋੜ੍ਹਾ ਆਪਾਂ ਐਕਸਟਰਾ ਕਰ ਲਈਏ ਅਤੇ ਉਹ ਐਡ ਹੁੰਦਾ ਜਾਂਦਾ ਹੈ। ਅਤੇ ਕੀਤੀ ਹੈ ਸਰ, ਸ਼ੁਰੂ ਤਿਆਰੀ ਕੀਤੀ ਹੈ, ਬੇਸਿਕਸ ਤੋਂ ਸ਼ੁਰੂ ਕੀਤਾ ਹੈ ਹਜੇ ਤਾਂ, ਅਤੇ ਹੌਲੀ 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 ਉਸ ਵੱਲ ਵਧਾਂਗੇ, ਹੋਰ ਵੀ ਵਧੀਆ ਕਰਾਂਗੇ। ਆਖਰੀ ਦੇ ਵਿੱਚ ਇੱਕ ਕੋਈ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੂੰ ਕੁਦਰਤ ਨੇ ਕੁਛ ਚੁਣੌਤੀਆਂ ਦਿੱਤੀਆਂ ਸਰੀਰਕ ਤੌਰ 'ਤੇ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ, ਉਨ ਉਸ ਯੂਥ ਨੂੰ ਤੁਸੀਂ ਅੱਜ ਬੜੇ ਖੁਸ਼ ਮਿਜ਼ਾਜ ਹੋ ਤਰੀਕੇ ਦੇ ਨਾਲ ਇੱਕ ਡਰੀਮ ਲੈ ਕੇ ਆਏ ਹੋ ਕਿ ਮੈਂ ਇਹਨੂੰ ਪੂਰਾ ਕਰਨਾ ਹੈ? ਸਭ ਤੋਂ ਵੱਡੀ ਤਾਂ ਗੱਲ ਇਹ ਹੈ ਵੀ ਇਸ ਤਰ੍ਹਾਂ ਦੇ ਡਰੀਮ ਲੈ ਕੇ ਯੂਥ ਹੈ ਜਿਹੜਾ ਉਹ ਇਸ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਿਹਾ ਜਾਂ ਕਿਸੇ ਕਮਰੇ 'ਚ ਬੰਦ ਹੋ ਕੇ ਆਪਣੇ ਆਪ ਨੂੰ ਕੁਛ ਘੱਟ ਸਮਝ ਰਿਹਾ, ਉਹਨੂੰ ਕੀ ਕਹਿਣਾ ਚਾਹੁੰਦਾ? ਬਸ ਸਰ, ਮੇਰਾ ਤਾਂ ਇਹੀ ਕਹਿਣਾ ਹੈ ਕਿ ਸਾਡੇ ਜਿੰਨੇ ਵੀ ਜੋ ਜਿਸ ਜਿਹਨੂੰ ਵੀ ਕੋਈ ਵੀ ਕਿਤੇ ਡਿਫੀਕਲਟੀ ਹੈ ਜਾਂ ਕੋਈ ਵੀ ਆਪਾਂ ਕਹਿੰਦੇ ਹਾਂ ਡਿਫਰੈਂਟਲੀ ਏਬਲਡ ਪਰਸਨ ਹੈ, ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਘੱਟ ਹੈ, ਕਿਉਂਕਿ ਜੇ ਤੁਸੀਂ ਇੱਕ ਕਦਮ ਪੁੱਟਦੇ ਹੋ ਆਈ ਥਿੰਕ ਸੋ ਕਿ ਕਿਤੇ ਨਾ ਕਿਤੇ ਪੋਜ਼ਿਟਿਵ ਐਨਰਜੀ ਵੀ ਹੁੰਦੀ ਹੈ ਅਤੇ ਉਹ ਤੁਹਾਨੂੰ ਅਗਲਾ ਕਦਮ ਪੁੱਟਣ ਨੂੰ ਇਨਕਰੇਜ ਕਰਦੀ ਹੈ। ਜੇ ਅਸੀਂ ਖੁਦ ਦੀ ਕੋਸ਼ਿਸ਼ ਕਰਾਂਗੇ ਤਾਂ ਕਹਿੰਦੇ ਆ ਕਿ ਕੋਸ਼ਿਸ਼ ਕਰਨੇ ਵਾਲੋਂ ਕਿ ਕਭੀ ਹਾਰ ਨਹੀਂ ਹੁੰਦੀ, ਤੋ ਫਿਰ ਇਹੀ ਮੇਰਾ ਕਹਿਣਾ ਹੈ ਕਿ ਸਾਡੀ ਇੱਕ ਤਾਂ ਸੋਸਾਇਟੀ ਨੂੰ ਵੀ ਐਕਸੈਪਟੈਂਸ ਦੇਣੀ ਚਾਹੀਦੀ ਹੈ ਕਿ ਅਗਰ ਕੋਈ ਬੰਦਾ ਉੱਠ ਕੇ ਆਉਂਦਾ ਹੈ ਤਾਂ ਉਹਨੂੰ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਰੈਦਰ ਦੈਨ ਕਿ ਤੁਸੀਂ ਉਹਨੂੰ ਡੀਮੋਟੀਵੇਟ ਕਰੋ। ਉਸ ਤੋਂ ਇਲਾਵਾ ਕਿ ਜਿਹੜੇ ਵੀ ਪਰਸਨਸ ਨੇ ਜਿਵੇਂ ਕਿ ਪ੍ਰੋਬਲਮ ਤੋਂ ਜੂਝ ਰਹੇ ਨੇ ਉਹਨਾਂ ਨੂੰ ਕਦੀ ਵੀ ਆਪਣੇ ਆਪ ਨੂੰ ਮਤਲਬ ਕਿਸੇ ਨਾਲੋਂ ਵੀ ਘੱਟ ਨਹੀਂ ਸਮਝਣਾ ਚਾਹੀਦਾ, ਬਿਕੋਜ਼ ਆਪਣੇ ਆਪਣੇ ਪਾਰਟ 'ਤੇ ਤੁਸੀਂ ਬੈਸਟ ਕਰੋ ਅਤੇ ਰਿਜ਼ਲਟਸ ਤਾਂ ਫਿਰ ਖੁਦ ਹੀ ਵਧੀਆ ਆਉਂਦੇ ਨੇ। ਅੱਛਾ, ਮਸਲਾ ਇਹ ਆਉਂਦਾ ਹੈ ਕਿ ਜਿਵੇਂ ਹੁਣ ਸਪੈਸ਼ਲ ਬੱਚੇ ਆ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਲਈ ਵੀ ਸਪੈਸ਼ਲ ਥਾਵਾਂ 'ਤੇ ਜਾਣਾ ਪੈਂਦਾ, ਉਹ ਕਿਵੇਂ ਲੱਭਣੀ ਹੈ? ਕਈ ਬੰਦੇ ਇਸ ਗੱਲ ਨੂੰ ਅਧੂਰੇ ਰਹਿ ਜਾਂਦੇ ਆ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਸਰ, ਤੁਹਾਡੀ ਗੱਲ ਬਹੁਤ ਸਹੀ ਆ, ਇਸ ਸਮੱਸਿਆ ਤੋਂ ਮੈਂ ਵੀ ਗੁਜ਼ਰੀ ਹਾਂ ਅਤੇ ਜਿਵੇਂ ਮਤਲਬ ਮੈਨੂੰ ਪ੍ਰੋਬਲਮ ਹੋਈ ਮੇਰਾ ਅੱਗੇ 100% ਬਲਾਇੰਡ ਹੋ ਗਈ ਅਤੇ ਮੈਂ ਪਹਿਲਾਂ ਥੋੜ੍ਹਾ ਦਿਖਦਾ ਸੀਗਾ ਥੋੜ੍ਹਾ, ਅਤੇ ਮੈਂ ਨੋਰਮਲ ਸਟ੍ਰੀਮ 'ਚ ਆਪਣਾ ਨਰਸਰੀ ਐਲ ਕੇ ਜੀ ਔਰ ਯੂ ਕੇ ਜੀ ਕੰਪਲੀਟ ਕੀਤੀ, ਉਸ ਤੋਂ ਬਾਅਦ ਮੈਂ 100% ਬਲਾਇੰਡ ਹੋ ਗਈ ਅਤੇ ਮੇਰੇ ਪੇਰੈਂਟਸ ਨੂੰ ਇਹ ਮਤਲਬ ਪਰੇਸ਼ਾਨੀ ਹੋ ਗਈ ਕਿ ਕਿੱਥੇ ਅਸੀਂ ਸਕੂਲ ਬੱਚੇ ਦਾ ਫਾਇੰਡ ਆਊਟ ਕਰੀਏ ਜਾਂ ਕੀ ਵੇ ਹੈ, ਬਿਕੋਜ਼ ਸਰ ਅਵੇਅਰਨੈਸ ਹੀ ਨਹੀਂ ਹੁੰਦੀ, ਕੋਈ ਦਿੱਕਤ ਹੀ ਨਹੀਂ, ਇੱਦਾਂ ਦਾ ਆਪਾਂ ਕੇਸ ਹੀ ਨਹੀਂ ਦੇਖਿਆ ਹੁੰਦਾ ਜਦੋਂ, ਅਤੇ ਸਰ ਫਿਰ ਹੌਲੀ ਹੌਲੀ ਕਰਕੇ ਅਸੀਂ ਲੱਭਣਾ ਸ਼ੁਰੂ ਕੀਤਾ। ਬੇਸਿਕਲੀ ਸਰ ਜਿਵੇਂ ਜੋ ਤਾਂ ਔਰਥੋਪੈਡਿਕਸ ਨੇ ਉਹ ਤਾਂ ਸਰ ਨੋਰਮਲ ਸਟ੍ਰੀਮ 'ਚ ਹੀ ਆਪਣੀ ਸਟੱਡੀ ਕੰਟੀਨਿਊ ਕਰ ਸਕਦੇ ਨੇ, ਉਹਨੂੰ ਕੋਈ ਐਸਚ ਇਸ਼ੂ ਨਹੀਂ ਹੁੰਦਾ, ਬਟ ਜੇ ਮੈਂ ਗੱਲ ਕਰਾਂ ਸਪੈਸੀਫਿਕਲੀ ਵਿਜੂਅਲ ਇੰਪੇਅਰਡਸ ਦੀ ਜਿਹਨਾਂ ਨੂੰ ਕੋਈ ਨਜ਼ਰ ਦੀ ਦਿੱਕਤ ਹੈ ਜਾਂ ਘੱਟ ਦਿਖਦਾ, ਹਾਂਜੀ, ਅਤੇ ਉਹਨਾਂ ਦੇ ਸਰ ਸਪੈਸ਼ਲ ਸਕੂਲਸ ਹੁੰਦੇ ਨੇ, ਉੱਥੇ ਬ੍ਰੇਲ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਥੋੜ੍ਹੇ ਸਪੈਸ਼ਲ, ਜਿਵੇਂ ਆਪਣੇ ਡਫ ਐਂਡ ਡੈਮ ਸਟੂਡੈਂਟਸ ਲਈ ਸਾਈਨ ਲੈਂਗੁਏਜ ਯੂਜ਼ ਹੁੰਦੀ ਹੈ, ਐਵੇਂ ਸਾਡੇ ਲਈ ਬ੍ਰੇਲ ਲੈਂਗੁਏਜ ਯੂਜ਼ ਹੁੰਦੀ ਹੈ, ਇਹਨਾਂ ਲਈ ਸਪੈਸ਼ਲ ਸਕੂਲ ਨੇ। ਜਿਵੇਂ ਆਪਣੇ ਪੰਜਾਬ 'ਚ ਸਰ 2-3 ਹੈਗੇ ਨੇ, ਲੁਧਿਆਣੇ ਦੇ ਵਿੱਚ ਹੈ, ਚੰਡੀਗੜ੍ਹ ਦੇ ਵਿੱਚ ਹੈ ਜਿੱਥੋਂ ਮੈਂ ਪੜ੍ਹੀ ਹਾਂ, ਉਸ ਤੋਂ ਇਲਾਵਾ ਸਰ ਪਟਿਆਲਾ ਦੇ ਵਿੱਚ ਹੈਗੇ ਸਰ, ਘੱਟ ਨੇ, ਬਟ ਉਹ ਹੀ ਚੀਜ਼ ਹੈ ਕਿ ਇਹਨਾਂ ਨੂੰ ਹੌਲੀ ਮਤਲਬ ਲਾਈਕ ਲੱਭਣਾ ਪੈਂਦਾ ਅਤੇ ਅਪਰੋਚ ਕਰਨਾ ਪੈਂਦਾ। ਬਸ ਇਹ ਹੀ ਹੈ ਕਿ ਜਿਵੇਂ ਤਾਂ ਪਤਾ ਹੋਏ ਫਿਰ ਤਾਂ ਆਪਾਂ ਈਜ਼ੀਲੀ ਜਾ ਸਕਦੇ ਹਾਂ, ਜੇ ਨਹੀਂ ਪਤਾ ਹੋਏ ਥੋੜ੍ਹਾ ਜਿਹਾ ਫਾਇੰਡ ਆਊਟ ਕਰਨ 'ਚ ਦਿੱਕਤ ਆਉਂਦੀ ਹੈ ਇਹਨਾਂ ਨੂੰ। ਹੁਣ ਕੋਚਿੰਗ ਦਾ ਪਾਰਟ ਆ ਗਿਆ, ਕੋਚਿੰਗ ਲੈਣ ਆਏ ਹੋ ਤੁਸੀਂ, ਲੱਭ ਰਹੇ, ਕਿਵੇਂ ਇੱਥੋਂ ਤੱਕ ਪਹੁੰਚ ਕੀਤੀ? ਬਸ ਸਰ ਜਿਵੇਂ ਮੈਂ ਮੇਰਾ ਡਰੀਮ ਸੀਗਾ ਸ਼ੁਰੂ ਤੋਂ ਅਤੇ ਮੈਂ ਸੋਚਿਆ ਕਿ ਮੈਂ ਕੋਚਿੰਗ ਲੈਣੀ ਹੈ, ਬਸ ਮਤਲਬ ਮੈਨੂੰ ਇਹ ਸੀਗਾ ਕਿ ਮੈਨੂੰ ਥੋੜ੍ਹੇ ਜਿਹੇ ਡਿਫਰੈਂਟ ਵੇਜ਼ ਦੀ ਜ਼ਰੂਰਤ ਹੈ। ਹੁਣ ਜਿਵੇਂ ਬਾਕੀ ਕੋਚਿੰਗ ਹੈ ਉਹਦੇ ਵਿੱਚ ਮੈਨੂੰ ਨਹੀਂ ਪਤਾ ਮੈਨੂੰ ਕਿਵੇਂ ਦੀ ਡੀਲਿੰਗ ਮਿਲਣੀ ਸੀ, ਬਟ ਮੇਰਾ ਸੀਗਾ ਕਿ ਮੈਂ 3rd year ਤੋਂ ਕੋਚਿੰਗ ਵਗੈਰਾ ਸਟਾਰਟ ਕਰ ਦੂੰਗੀ, ਅਤੇ ਜਿਵੇਂ ਆਪਣਾ ਪੰਜਾਬ ਦਾ ਰਿਜ਼ਲਟ ਆਇਆ ਅਤੇ ਮੈਂ ਇੰਟਰਵਿਊ ਸੁਣੀਆਂ GP ਸਰ ਦੀਆਂ,
ਤਾਂ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਦਾ, ਮਤਲਬ ਕਿ ਜੋ ਵੀ ਉਹਨਾਂ ਦਾ ਓਬਜੈਕਟ ਹੈਗਾ, ਜੋ ਵੀ ਉਹਨਾਂ ਦਾ ਚੱਲ ਰਿਹਾ ਸਿਸਟਮ ਚੱਲ ਰਿਹਾ ਹੈ ਆਪਾਂ ਕਹਿ ਸਕਦੇ ਹਾਂ ਪਰਮਾਤਮਾ ਵੱਲੋਂ, ਜਾਂ ਸਰ ਦੀ ਕੋਸ਼ਿਸ਼ ਹੈ ਸਾਰਿਆਂ ਦੀ ਮਿਲ ਕੇ। ਅਤੇ ਉਹ ਸਰ ਮੈਂ ਫਿਰ ਦੇਖਿਆ ਸੁਣਿਆ ਹੈ ਨਾ ਕਿ ਵਧੀਆ ਹੈ, ਕਾਫੀ ਅੱਛਾ ਹੈ, ਅਤੇ ਇਮੋਸ਼ਨਲੀ ਸਾਰੇ ਤਰ੍ਹਾਂ ਦੀ ਸਪੋਰਟ ਮਿਲਦੀ ਹੈ ਇੱਥੋਂ, ਹੈ ਨਾ। ਅਤੇ ਸਰ ਫਿਰ ਮੈਂ ਸਰ ਨਾਲ ਗੱਲ ਕੀਤੀ ਕਿ ਸਰ ਮੈਂ ਕੋਚਿੰਗ ਲੈਣਾ ਚਾਹੁੰਦੀ ਹਾਂ, ਅਤੇ ਸਰ ਨਾਲ ਫਿਰ ਮੀਟਿੰਗ ਹੋਈ, ਅਤੇ ਸਰ ਕਹਿੰਦੇ ਕੋਈ ਗੱਲ ਨਹੀਂ ਪੁੱਤਰ, ਆਪਾਂ ਤੇਰੇ ਨਾਲ ਹਾਂ, ਕਿਸੇ ਗੱਲੋਂ ਘਬਰਾਉਣਾ ਨਹੀਂ ਆ। ਅਤੇ ਫਿਰ ਸਰ ਮੈਂ ਸ਼ੁਰੂ ਕੀਤਾ ਇੱਥੇ। ਬਹੁਤ ਚੰਗਾ ਲੱਗਿਆ, ਅਤੇ ਮੈਨੂੰ ਬਹੁਤ ਖੁਸ਼ੀ ਵੀ ਹੋਈ ਕਿ ਤੁਸੀਂ ਇੱਕ ਚੁਣੌਤੀ ਤੋਂ ਪਾਰ ਹੋ ਕੇ, ਤੁਹਾਡੇ ਚਿਹਰੇ ਦੀ ਮੁਸਕਰਾਹਟ ਦੱਸਦੀ ਹੈ ਕਿ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ। ਬੇਸ਼ੱਕ ਕੁਦਰਤ ਨੇ ਇੱਕ ਚੁਣੌਤੀ ਦਿੱਤੀ ਹੋਈ ਹੈ, ਪਰ ਤੁਹਾਡਾ ਚਿਹਰਾ, ਤੁਹਾਡੇ ਮਕਸਦ ਆ ਜਿਹੜੇ, ਉਹ ਦੱਸਦੇ ਆ ਕਿ ਕਿਤੇ ਨਾ ਕਿਤੇ ਤੁਹਾਡਾ ਹੌਸਲਾ ਤੁਹਾਡੀਆਂ ਚੁਣੌਤੀਆਂ ਤੋਂ ਵੱਡਾ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਟਾਈਮ ਦੇਣ ਲਈ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਦੇਖੋ ਅਲੱਗ ਅਲੱਗ ਜ਼ਿੰਦਗੀ ਦੇ ਪਹਿਲੂ ਹੈ, ਅਸੀਂ ਕਈ ਵਾਰੀ ਸਭ ਕੁਛ ਹੁੰਦੇ ਸੁਣਦੇ ਵੀ ਢੇਰੀਆਂ ਢਾਹ ਜਾਂਦੇ ਹਾਂ, ਅਤੇ ਕਈ ਲੋਕ ਸਾਡੇ ਲਈ ਇਗਜ਼ਾਮਪਲਾਂ ਨੇ, ਉਦਾਹਰਨਾਂ ਹੈ ਕਿ ਸਾਡੇ ਮੋਹਰ ਦੀ ਉਹ ਜਿਹੜੇ ਰਾਹਾਂ ਨੂੰ ਅਸੀਂ ਤਰਸਦੇ ਹਾਂ, ਉਹਨਾਂ ਰਾਹਾਂ 'ਤੇ ਹੋ ਕੇ ਮੰਜ਼ਿਲ ਤੱਕ ਜਾਂਦੇ। ਜੋ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।